दोस्तों गिल नीली रावी डेयरी फार्मिंग 47 विच तुहाडा बहुत बहुत स्वागत आ। अज जो तुहानू एक बूरा नीली रावी दा कट्टा नाल बूरी मैं ते एक रावी दी झोटी विखाउण लगे आ, नाल एक बूरी नीली रावी ते इहदू इलावा होर वी मिला दा भरा कोल जानवरां ते मिलदे आ बाई जी नाल। सति श्री अकाल जी। सति श्री अकाल भाई जी। होर ठीक ठाक हो जी? हाँ जी ठीक ठाक भाई जी। ते बाई जी नाम की अपना जी? अपना जी हरप्रीत सिंह है ना जी। ਵੀਰੇ ਇਹ ਜਿਹੜਾ ਆਪਾਂ ਬੂਰਾ ਕੱਟਾ ਦਿਖਾਉਣ ਲੱਗੇ ਅੱਜ, ਹਾਂ ਜੀ ਹਾਂ ਜੀ, ਇਹ ਸੇਲ ਕਰਨ ਵਾਸਤੇ ਜਾਂ ਕਿਸ ਤਰ੍ਹਾਂ ਕਿਹੜੇ ਪਰਪਸ ਨੂੰ ਆਪਾਂ ਵਿਖਾਉਣਾ? ਨਹੀਂ ਬਾਈ ਆਪਾਂ ਘਰੇ ਰੱਖਣਾ ਜੀ, ਸੇਲ ਨਹੀਂ ਕਰਨਾ ਜੀ। ਅੱਛਾ ਜੀ। ਹਾਂ ਜੀ, ਮੱਝਾਂ ਕ੍ਰੋਸਿੰਗ ਕਰਨ ਵਾਸਤੇ ਜੀ, ਮਤਲਬ ਵੀ ਘਰੇ ਤਿਆਰ ਕੀਤਾ। ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ। ਤੇ ਬਾਈ ਆਪਣਾ ਮੋਬਾਈਲ ਨੰਬਰ ਜੀ? 99142। ਹਾਂ ਜੀ। 21571 ਜੀ। 21571। ਤੇ ਆਪਾਂ ਖੋਲ ਲਈਏ ਬਾਈ ਇਹਨੂੰ, ਕੱਟੇ ਨੂੰ? ਹਾਂ ਜੀ। लो जी ताडे वास्ते एक जिहड़ा मार्केट दे विच अज नवा कट्टा जिहड़ा शूट करन लगे आ बूरा नीली रवि दा, क्वालिटी इस दे विच तुहानू दिखाउणे आ ते इहदी मां बारे इहदे बाप बारे भी आपां जानकारी लैणे आ ते आपां पुछदे आ भरा नूं भी इहदा नां की रख्या। भाई इहदा नां की रख्या जी? इहदा रैम्बो रख्या सी नां जी। रैम्बो? हाँ जी। ते इहदी मां अपने करदी आ? हाँ जी करदी आ जी। ओह बूरी मैं? हाँ जी हाँ जी बूरी जी। ते बाप? बाप जी बाई दर्शन वाला थान जी, बाबर टू जी। हाँ जी बाबर टू दा आ गया, लाइन जिहड़ी सुनने वाली लाइन चो आ गई। हाँ जी हाँ जी। ते जिहड़ी इहदी मां आ उहदी लाइन पता आपां नूं कि इहदी पिछों माझों लई सी जी आपां? अच्छा, माझे नाल अटैचमेंट हो गई जी। हाँ जी हाँ जी हाँ जी। मतलब कि बार्डर बेल्ट आ गई, पट्टी एरिया अंबरसर फिरोजपुर सारा इह बार्डर एरिए दा माल आ। ते बाई जी इस टाइम जिहड़ा इह मैंह दे थल्ले दुध दा रिकॉर्ड की आ? ਇਹਦੇ ਥੱਲੇ 16 ਕਿਲੋ ਦੁੱਧ ਆ ਜੀ। 16 ਕਿਲੋ? ਹਾਂਜੀ, ਆਪਾਂ ਨੇ 20 ਵਾਲੇ ਪਲੱਸ ਚ ਪੈਂਦੇ, ਜਿਹੜੇ ਕਹਿੰਦੇ 20 ਪਲੱਸ 20 ਪਲੱਸ। ਹਾਂ, ਮਤਲਬ ਕਿ ਜਿਹੜਾ ਸਹੀ ਦੁੱਧ ਆ ਉਹੀ? ਹਾਂ 16 ਕਿਲੋ ਜੀ। 16 ਕਿਲੋ ਇਹਦੀ ਮਾਂ ਥੱਲੇ ਦੁੱਧ ਆ ਜੀ। ਤੇ ਦੂਸਰੀ ਗੱਲ ਇਹ ਆ ਵੀ ਜਿਹੜੀ ਮਾਂ ਇਹਦੀ ਉਹ ਭਰਾ ਦੇ ਘਰੇ ਹਾਥੀ ਚੋਈ ਹੋਈ ਆ, ਤੇ ਜੇ ਕੱਟਾ ਬਾਈ ਨੇ ਸਿਲੈਕਟ ਕੀਤਾ ਨਾ ਵੀ ਆਪਦੇ ਘਰੇ ਬਰੀਡਿੰਗ ਕਰ ਲਈ, ਤੇ ਇਹਦੇ ਵਿੱਚ ਇਹ ਗੱਲ ਆ ਵੀ ਇਹਦੀ ਮਾਂ ਦਾ ਚੰਗਾ ਦੁੱਧ ਹੋਊਗਾ ਤਾਂ ਹੀ ਬਾਈ ਨੇ ਇਹ ਕੱਟਾ ਸਿਲੈਕਟ ਕੀਤਾ। ਤੇ ਕੁਆਲਿਟੀ ਤੁਹਾਨੂੰ ਦਿਖਾਉਣੇ ਆ ਸਾਹ ਦੇ ਵਿੱਚ, ਮਾਰਕਿੰਗ ਚੈੱਕ ਕਰ ਲਓ ਜੀ, ਪ੍ਰੋਪਰ ਚਾਰੇ ਪੈਰਾਂ ਦੇ ਉੱਪਰ ਮਗਦੇ ਪੈਰ ਵੀ ਦੋਵੇਂ ਵਾਈਟ ਆ, ਅਗਲੇ ਪੈਰ ਵੀ ਦੋਵੇਂ ਵਾਈਟ ਆ, ਉਦੋਂ ਬਾਅਦ ਜੇ ਪੂਛ ਦੀ ਗੱਲ ਕਰੀਏ ਤੇ ਪੂਛ ਦੇਖ ਲਓ ਉਹ ਵੀ ਵਾਈਟ ਆ ਜੀ। ਟੈਸਟੀਕਲ ਬਣਤਰ ਤੁਸੀਂ ਚੈੱਕ ਕਰ ਲਓ, ਟੈਸਟੀਕਲ ਬਣਤਰ ਬਹੁਤ ਸੋਹਣਾ। ਦੂਸਰੀ ਗੱਲ ਇਹ ਆ ਠੰਡਾ ਬਹੁਤ ਆ ਜੀ ਮਾਲੀ। ਉਸ ਤੋਂ ਬਾਅਦ ਜੇ ਗੱਲ ਕਰੀਏ ਅੰਦਰਲੇ ਥਣਾਂ ਦੀ, ਉਹ ਵੀ ਤੁਸੀਂ ਦੇਖ ਲਓ, ਉਹ ਵੀ ਚੰਗੀ ਵਿੱਥੀ 'ਤੇ ਲੱਗੇ ਹੋਏ ਆ। ਅਤੇ ਬਾਈ ਤੋਰਿਓ ਇਹਨੂੰ ਬਾਈ ਗਾਂ ਕਰਿਓ, ਅਤੇ ਨਾਲ ਹੀ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਇਹਦੀ ਬਣਾਵਟ ਤੋੜ ਕੇ। ਰੋਕੇ ਵੀਰੇ, ਉਦੋਂ ਬਾਅਦ ਜੇ ਆਪਾਂ ਬਈ ਗੱਲ ਕਰੀਏ ਇਹਦੇ ਅੱਖ ਵੀ ਬਹੁਤ ਸੋਹਣੀ ਹੈ, ਗੁਲਾਬੀ ਅੱਖ ਆ। ਦੂਸਰੀ ਅੱਖ 'ਚ ਥੋੜ੍ਹਾ ਜਿਹਾ ਯਾਨੀ ਕਿ ਕਹਿ ਸਕਦੇ ਹਾਂ ਕੌਫੀ ਕਲਰ ਹੈਗਾ, ਕਿਉਂਕਿ ਮਾਂ ਦੇ ਲੱਛਣ ਥੋੜ੍ਹੇ ਜਿਹੇ ਇਹਦੇ ਜ਼ਿਆਦਾ ਆ ਗਏ। ਅਤੇ ਉਦੋਂ ਬਾਅਦ ਬਈ ਸਿੰਗਾਂ ਦੀ ਬਣਾਵਟ ਦੇਖ ਲਓ, ਸਿੰਗ ਬਹੁਤ ਸੋਹਣਾ ਗੋਲ ਲੱਗਾ ਹੋਇਆ ਜੀ, ਅਤੇ ਚੰਗਾ ਯਾਨੀ ਕਿ ਆਪਾਂ ਇਹਨੂੰ ਕਹਿ ਸਕਦੇ ਹਾਂ ਬੁੱਲ ਆਉਣ ਵਾਲੇ ਟਾਈਮ ਦੇ 'ਚ ਵੀ ਚੰਗਾ ਰਿਕਾਰਡ ਬਣਾਊਗਾ। ਅੰਦਰ ਲੈ ਆਓ ਬਈ। ਇਹ ਜਿਹੜਾ ਮੀਂਹ ਆ ਗਿਆ ਬਾਹਰ ਜੀ, ਤੇ ਕੁਆਲਿਟੀ ਦੇਖੋ ਸਾਹ ਦੇ ਵਿੱਚ ਬਹੁਤ ਚੰਗੀ, ਛੋਟੀ ਗੋਡੀ ਦੇ ਵਿੱਚ ਆ ਗਿਆ ਜਿਹੜਾ ਆਪਾਂ ਜਿਹਨੂੰ ਧੁੰਨ ਕਹਿ ਸਕਦੇ ਹਾਂ, ਲਬੋਚੜ ਉਹ ਵੀ ਡਾਊਨ ਕਰਦਾ ਜੀ, ਖੜਨੀ ਤੜਨੀ ਬਹੁਤ ਸੋਹਣੀ ਆ। ਉਸ ਤੋਂ ਬਾਅਦ ਸਿੰਗ ਬਹੁਤ ਸੋਹਣਾ ਗੋਲ, ਠੰਡਾਪਣ ਬਹੁਤ ਜ਼ਿਆਦਾ ਇਹਦੇ ਵਿੱਚ। ਬਾਈ ਜੇ ਮੂੰਹ ਫੜਾ ਲੈਂਦਾ, ਜਿਬ ਚੈੱਕ ਕਰਾਇਓ ਇਹਦੀ, ਦੰਦੋ ਕਿਵੇਂ ਹੋ ਗਿਆ ਜੀ? ਇਹ ਦੋਂਦਾ ਹੋ ਗਿਆ ਜੀ। ਦੋਂਦਾ ਹੋ ਗਿਆ ਜੀ, ਜਿਬ ਗੁਲਾਬੀ ਆ ਬਿਲਕੁਲ ਸਾਡੇ ਸਾਹਮਣੇ ਆ, ਤੇ ਠੰਡਾ ਸੀਲ ਬਹੁਤ ਜ਼ਿਆਦਾ ਜੀ ਮਾਲੀ। ਇਹ ਫਿਰ ਬਾਈ ਹੁਣ ਮੱਝਾਂ ਮੁੱਝਾਂ ਕਰਨ ਲੱਗ ਗਿਆ? ਹਾਂਜੀ ਕਰ ਲਾਂ ਬਾਈ। ਕੋਈ ਲਵਾਈ ਮੈਂ ਆਪਾਂ? ਹਾਂਜੀ ਉਹ ਉਸੇ ਤੋਂ ਗੱਭਣ ਆਈ, ਉਹ ਪਰ ਝੋਟੀ। ਕਿੰਨੇ ਚਿਰ ਦੀ ਗੱਭਣ ਹੋ ਗਈ ਉਹ ਜੀ? ਉਹਦੀ 3 ਕੁ ਮਹੀਨੇ ਦੀ ਗੱਭਣ ਹੋ ਗਈ, ਮੰਨ ਲਓ ਉਦੋਂ ਮਿਲ ਗਈਆਂ ਜੀ 10 ਕੁ ਮੱਝਾਂ ਮਿਲ ਗਈਆਂ। ਅੱਛਾ 10 ਮੱਝਾਂ ਮਿਲ ਗਈਆਂ, ਰਿਜ਼ਲਟ ਆਉਣ ਵਾਲਾ ਹੀ ਆਗਾ। ਹਾਂਜੀ ਹਾਂਜੀ ਹਾਂਜੀ, ਆਉਣ ਵਾਲੇ ਸੀਜ਼ਨ 'ਚ ਆਜੂਗਾ ਰਿਜ਼ਲਟ। ਹਾਂਜੀ ਹਾਂਜੀ ਹਾਂਜੀ। ਹੁਣ ਫਿਰ ਇਹ ਬਈ ਇਹਦੇ ਸੀਮਣ ਜਾਂ ਕਿ ਡਾਇਰੈਕਟ ਛੱਡ? ਨਹੀਂ ਆਪਾਂ ਡਾਇਰੈਕਟ ਛੱਡਣਾ ਜੀ, ਉਹ ਆਪਾਂ ਨੂੰ ਸੀਮਣ 'ਚ ਥੋੜ੍ਹਾ ਜੀ ਯਕੀਨ ਨਹੀਂਗਾ। ਅੱਛਾ ਜੀ। ਹੁਣ ਜਿਹਨੇ ਸਾਲ ਮਰ ਜਾਂਦਾ ਜੀ ਟੀਕਾ ਭਰਾਉਣਾ, ਕਿ ਨਹੀਂ ਰਹਿੰਦੀਆਂ ਮੱਝਾਂ, ਆਪਾਂ ਛੱਡਿਆ ਉਹੀ ਡਾਇਰੈਕਟ ਛੱਡ, ਡਾਇਰੈਕਟ ਛੱਡਣਾ ਵੀ ਲਓ ਵੀ ਭਰਾਓ, ਇਹ ਡਾਇਰੈਕਟ ਹੀ ਛੱਡਣਾ ਬਾਈ ਕਹਿੰਦਾ। ਤੇ ਪੇਟ ਤੁਸੀਂ ਦੇਖ ਲਓ ਇਹਦਾ, ਪੇਟ ਵੀ ਬਹੁਤ ਸੋਹਣਾ ਵੱਡਾ ਪੇਟ ਆ, ਕਰ ਲਿਓ ਵੀਰੇ ਗਾ। ਤੇ ਮਗਰੋਂ ਜੇ ਤੁਹਾਨੂੰ ਬਣਤਰ ਦੀ ਗੱਲ ਵਿਖਾਈਏ, ਮਗਰੋਂ ਵੀ ਬਣਤਰ ਬਹੁਤ ਚੰਗੀ ਆ, ਪੁੱਠਾ ਬਹੁਤ ਸੋਹਣਾ ਆ, ਚੈੱਕ ਕਰ ਲਓ ਪੁੱਠਾ ਇਹਦਾ, ਬਹੁਤ ਸੋਹਣਾ ਪੁੱਠਾ ਆ।
ਬਾਕੀ ਲੰਬਾਈ ਚੜਾਈ ਦੀ ਗੱਲ ਕਰੀਏ ਜੇ ਦੋਂਦਾ ਹੈਗਾ ਤੇ ਬੱਚਿਆਂ 'ਚ ਹੀ ਆਉਂਦਾ ਜੀ ਜਦੋਂ ਵੱਡਾ ਹੋ ਗਿਆ ਅਡਲਟ ਬੁੱਲ ਬਣ ਗਿਆ ਬਹੁਤ ਸੋਹਣਾ ਬਣੂਗਾ ਅਤੇ ਗਾਂ ਪਰਮਾਤਮਾ ਮਿਹਰ ਕਰੇ ਵੀ ਦੁੱਧ ਦਾ ਰਿਕਾਰਡ ਚੰਗਾ ਹੀ ਲੈ ਕੇ ਆਵੇ ਅਤੇ ਤੁਹਾਨੂੰ ਮਾਂ ਵੀ ਦਿਖਾ ਦਿੰਦੇ ਇਹਦੀ ਅਤੇ ਉਹ ਵੀ ਚੈੱਕ ਕਰ ਲਿਓ ਤੁਸੀਂ ਵੀ ਤੁਹਾਨੂੰ ਕਿਵੇਂ ਲੱਗੀ ਮਾਂ ਉਹ ਵੀ ਚੈੱਕ ਕਰਾ ਦਿਆਂਗੇ ਵਿੱਚ ਇਸ ਬੁੱਲ ਦੀ ਜਿਹੜੀ ਮਾਂ ਹੈ ਉਹ ਵੀ ਤੁਸੀਂ ਦੇਖ ਲਓ ਬੂਰੀ ਬਹੁਤ ਸੋਹਣੀ ਝੋਟੀ ਆ ਬੂਰੀ ਨੀਲੀ ਰਾਵੀ ਦੇ ਵਿੱਚ ਕੁਆਲਿਟੀ ਤੁਸੀਂ ਇਹਦੇ ਵਿੱਚ ਚੈੱਕ ਕਰ ਲਓ ਛੋਟੀ ਗੋਡੀ ਆ ਬਹੁਤ ਸੋਹਣਾ ਗੁਲਾਬੀਪਣ ਬਹੁਤ ਜ਼ਿਆਦਾ ਆ ਸਿੰਗ ਵੀ ਗੋਲ ਆ ਜਿਹੜਾ ਪੇਟ ਵੱਡਾ ਆ ਗਿਆ ਜੀ ਮਗਰਲੇ ਪੈਰਾਂ ਦੇ ਉੱਤੇ ਮਾਰਕਿੰਗ ਅਗਲਿਆਂ ਦੇ ਉੱਤੇ ਮਾਰਕਿੰਗ ਇਹ ਬਾਈ ਜੀ ਕਿੰਨਵੇਂ ਸੂਏ ਹੈ ਜੀ ਇਹ ਚੌਥੇ ਪੰਜਵੇਂ ਸੂਏ ਜੀ ਹਾਂਜੀ ਪੰਜਵੇਂ ਸੂਏ ਜੀ ਪੰਜਵੇਂ ਸੂਏ ਸੋਣੀ ਹਾਂਜੀ ਹਾਂਜੀ ਹੁਣ ਇਹ ਫਿਰ ਗਾਂ ਕਿਹੜੇ ਥਾਂ ਤੋਂ ਗੱਬਣ ਕਰਾਤੀ ਹੁਣ ਸਰਕਾਰੀ ਸੀਮਾ ਲਵਾਇਆ ਸੀਗਾ ਜੀ ਇਹਦੇ ਕਿਹੜਾ ਜੀ ਉਹ ਯਾਰ ਮੈਂ ਖਿਆਲ ਨਹੀਂ ਕੀਤਾ ਇੱਥੇ ਸਰਕਾਰੀ ਡਾਕਟਰਾਂ ਦਾ ਉਹ ਤੋਂ ਕਰਾ ਪਾਈ ਗਿਆ ਇਹ ਤੋਂ ਇੱਕ ਵਾਰ ਫਿਰ ਜੀ ਗਈ ਸੀਗੀ ਬਾਅਦ ਉਹਨੇ ਸੀਮਨ ਲਾ ਕੇ ਆਨਲਾਈਨ ਕੀਤੀ ਸੀ ਹਮਲਾ ਯਾਰ ਕੀਤੀ ਸੀ ਪਾਇਆ ਉਹਨੇ ਜੇ ਟੈਗ ਪਾਇਆ ਇਹਨੇ ਆਨਲਾਈਨ ਕੀਤੀ ਹੋਣੀ ਵੀ ਰਿਕਾਰਡ ਨਿਕਲਾ ਹੋਊਗਾ ਜਿਹੜਾ ਬੱਚਾ ਹੋਊਗਾ ਹਾਂ ਬਈ ਹਾਂ ਹਾਂ ਤੇ ਆ ਚੈੱਕ ਕਰੋ ਜੀ ਟੇਢਾ ਘੱਟ ਅੱਖ ਦੀ ਬਣਾਵਟ ਚੈੱਕ ਕਰੋ ਤੁਸੀਂ ਬਹੁਤ ਸੋਹਣੀ ਆ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਡਾਊਨ ਗੋਡੀ ਪੇਟ ਵੱਡਾ ਥਣ ਬਹੁਤ ਸੋਹਣਾ ਲੱਗਾ ਮੁੱਠੀ ਵਾਲਾ ਤੇ ਵੱਡੇ ਯਾਨੀ ਕਿ ਆਪਾਂ ਢਾਂਚੇ ਦੀ ਇਹਨੂੰ ਮੈਂ ਕਹਿ ਸਕਦੇ ਹਾਂ ਸਿੰਗਲ ਹੱਡੀ ਦੇ ਵਿੱਚ ਆ ਗਈ ਕੁਆਲਿਟੀ ਬਹੁਤ ਜ਼ਿਆਦੀ ਆ ਮੈਂ ਇਹਦੇ ਵਿੱਚ ਕਿਉਂਕਿ ਵੱਡੀ ਜੇ ਆਪਾਂ ਪੁਰਾਣੀ ਮਤਲਬ ਗੱਲ ਕਰੀਏ ਨਾ ਵੱਡੀਆਂ ਮਹੀਆਂ 'ਚ ਆਉਂਦੀ ਇਹ ਅੱਗੋਂ ਥਣ ਆਰਡਰ ਦੇਖ ਲਓ ਤੁਸੀਂ ਬਹੁਤ ਸੋਹਣਾ ਇਹ ਹੁਣ ਬਈ ਡਰਾਈ ਆ ਜਾਂ ਕਿੱਦਾਂ ਹਾਂਜੀ ਹੁਣ ਇਹ ਦੁੱਧੋਂ ਛੱਡੀ ਹੋਈ ਆ ਹਾਂ ਛੱਡੀ ਹੋਈ ਦੁੱਧ ਇਹਨੂੰ ਲੱਗ ਗਿਆ ਪੰਜਵਾਂ ਕੁ ਮਹੀਨਾ ਲੱਗ ਗਿਆ ਜੀ ਹਾਂਜੀ ਮੈਂ ਤਾਂ ਏਡੀ ਛੇਤੀ ਕਾਹਤੋਂ ਡਰਾਈ ਕਰਤੀ ਬਾਈ ਇਹ ਸੂ ਯਾਰ ਸੂਈ ਨਹੀਂ ਗਈ ਮਤਲਬ ਸਾਲ ਕੁ ਬਾਅਦ ਸਾਲ ਬਣ ਗਈ ਸੀ ਇੱਕ ਅੱਛਾ ਹਾਂ ਇੱਕ ਸੂ ਆ ਮਤਲਬ ਸਾਲ ਮਾਰ ਗਈ ਵੀ ਮਾਰ ਗਈ ਸੀ ਹਾਂ ਤਾਂ ਕਰਕੇ ਫਿਰ ਡਰਾਈ ਕਰਤੀ ਹੈ ਨਾ ਹਾਂਜੀ ਹਾਂਜੀ ਤੇ ਤੁਸੀਂ ਆ ਦੇਖੋ ਜੀ ਇਹਦੀ ਜਿਹੜੀ ਪੂਛ ਆ ਉਹ ਅੰਦਰ ਲੱਗੀ ਹੋਈ ਆ ਬਿਲਕੁਲ ਜਿਹਨੂੰ ਆਪਾਂ ਨੀਲੀ ਰਾਵੀ ਦੇ ਵਿੱਚ ਕਹਿ ਸਕਦੇ ਹਾਂ ਤੇ ਨਾਲ ਤੁਸੀਂ ਅੱਗੋਂ ਇਹਦਾ ਪੈਰ ਚੈੱਕ ਕਰੋ ਜੀ ਪੈਰ ਬਹੁਤ ਭਾਰਾ ਹੈਵੀ ਪੈਰ ਆ ਵੱਡਾ ਪੈਰ ਆ ਗਿਆ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਸਿੰਗ ਵੀ ਗੋਲ ਆ ਤੇ ਜਿਹੜਾ ਸਿੰਗ ਆ ਉਹ ਕੰਨ ਦੇ ਨਾਲ ਲੱਗਾ ਆ ਬਿਲਕੁਲ ਚੈੱਕ ਕਰ ਲਓ ਸਾਰੀ ਮੈਂ ਤੇ ਉਸ ਤੋਂ ਬਾਅਦ ਜੇ ਠੋਡੀ ਦੀ ਗੱਲ ਕਰੀਏ ਬੁੱਲਾਂ ਦੀ ਤੇ ਆਪਦੀ ਠੋਡੀ ਇਹ ਬੁੱਲ ਦੇ ਵਿੱਚ ਐਨ ਲਕੋਰੀ ਆ ਤੇ ਨਾਲ ਹੀ ਇਹਦੇ ਜਿਹੜੀ ਥੱਲੇ ਉਹ ਝਾਲਰ ਵੀ ਹੈਗੀ ਆ ਝਾਲਰ ਚੈੱਕ ਕਰ ਲਓ ਹੈਗੀ ਇਹਦੇ ਥੱਲੇ ਲਮਕਦੀ ਝਾਲਰ ਆ ਥੋੜ੍ਹਾ ਜਿਹਾ ਮੈਂ ਮੂੰਹ ਥੱਲੇ ਕਰ ਲੈਂਦੀ ਆ ਉਹ ਤੇ ਨਾਲ ਹੀ ਹੋਰ ਤੁਹਾਨੂੰ ਇੱਕ ਚੀਜ਼ ਚੈੱਕ ਕਰਾਉਣਾ ਇਹਦੀ ਥਣ ਦੇਖੋ ਜੀ ਬਹੁਤ ਸੋਹਣੇ ਲੱਗੇ ਮੋਟੇ ਥਣ ਲੱਗੇ ਹੋਏ ਆ ਕੁਆਲਿਟੀ ਦੇਖ ਲਓ ਨਾੜਾਂ ਨੂੜਾਂ ਬਹੁਤ ਚੰਗੀਆਂ ਵਧੀਆ ਅਤੇ ਦੂਰੇ ਖੁੱਡੇ ਦੀ ਮੈਂ ਆਏ ਵੀ ਤੁਹਾਡੇ ਸਾਹਮਣੇ ਆ ਬਿਲਕੁਲ ਬਾਕੀ ਹੋਰ ਬਾਈ ਹੈਗੇ ਜਾਨਵਰ ਆਪਣੇ ਕੋਲ ਹਾਂਜੀ ਇੱਕ ਬਾਬਰ ਟੂ ਦੀ ਕੱਟੀ ਹੈ ਜੀ ਇੱਕ ਆਵਿਦਰ ਇਹ ਬਾਬਰ ਟੂ ਦੀ ਕੱਟੀ ਆ ਗਈ ਜੀ ਅਤੇ ਆਪਾਂ ਖੜ੍ਹੇ ਵੀ ਪਿੰਡ ਅੱਜ ਬਾਈ ਦਰਸ਼ਨ ਦੇ ਪਿੰਡ ਖੜ੍ਹੇ ਹਾਂ ਜੀ ਧੰਨਾ ਸ਼ਹੀਦ ਦੇ ਵਿੱਚ ਕੁਆਲਿਟੀ ਵੇਖ ਲਓ ਜੀ ਬਾਬਰ ਟੂ ਦੀ ਕੱਟੀ ਇਹਦੀ ਮਾਰਕਿੰਗ ਦੇਖੋ ਪੈਰਾਂ ਦੇ ਉੱਤੇ ਨਿਸ਼ਾਨੀਆਂ ਪੂਰੀਆਂ ਆ ਗਈਆਂ ਜੀ ਅੱਖਾਂ ਬਹੁਤ ਸੋਹਣੀਆਂ ਗੁਲਾਬੀ ਬਣ ਦੇ ਵਿੱਚ ਦੋਵੇਂ ਅੱਖਾਂ ਸਿੰਗ ਵੀ ਗੋਲ ਆ ਬਹੁਤ ਸੋਹਣਾ ਬਈ ਘੁਮਾਈਏ ਮੜੀ ਜੀ ਦੇਖਿਓ ਜੀ ਪਿੱਛੋਂ ਜਿਹੜੀ ਕੁਆਲਿਟੀ ਇਹਦੀ ਚੈੱਕ ਕਰ ਲਓ ਪਿੱਛੋਂ ਅਤੇ ਝੋਲੀ ਬਹੁਤ ਸੋਹਣੀ ਆ ਆਰਡਰ ਬਹੁਤ ਸੋਹਣਾ ਲੱਗਾ ਹੋਇਆ ਇਹਦੇ ਚੈੱਕ ਕਰ ਲਓ ਗਿਰਲਾਂ ਦੇ ਉੱਤੇ ਥਣ ਲੱਗੇ ਹੋਏ ਆ ਸਿੰਗਲ ਹੱਡੀ ਦੀ ਇਹ ਵੀ ਕੱਟੀ ਹੈ ਜੀ ਬਹੁਤ ਸੋਹਣੀ ਕੱਟੀ ਹੈ ਅਤੇ ਬਈ ਉਹ ਜਿਹੜੀ ਝੋਟੀ ਬਾਹਰ ਵੱਜੀ ਹੈ ਜੀ ਹਾਂਜੀ ਉਹ ਇੱਥੇ ਆ ਜਾਓ ਹੈ ਨਾ ਇਹ ਬਈ ਫਿਰ ਆਪਣੇ ਘਰ ਵਾਲੇ ਆ ਗਈ ਸਾਂ ਤੋਂ ਗੱਬਣ ਹੋ ਗਈ ਹਾਂਜੀ ਇਹ ਘਰ ਇਹ ਤਾਂ ਸ਼ੁਰੂ ਹੋ ਗਈ ਜੀ ਅਤੇ ਇਹਦੇ ਬਈ ਕਿੰਨਵੇਂ ਸੂਏ ਸੂਣਾ ਜੀ ਇਹ ਦੂਜਾ ਸੂਣਾ ਜੀ ਹੁਣ ਦੂਜਾ ਹਾਂਜੀ ਹਾਂਜੀ ਤੇ ਇਹਦੇ ਮਤਲਬ ਕਿ ਜਿਹੜਾ ਦੁੱਧ ਦਾ ਰਿਕਾਰਡ ਪਹਿਲੇ ਸੂਏ ਦਾ ਕਿਵੇਂ ਰਿਹਾ ਇਹਦਾ 11 ਕਿਲੋ ਦੁੱਧ ਰਿਹਾ ਪਹਿਲੇ ਸੂਏ ਪਹਿਲੇ ਸੂਏ ਤੇ ਇਹਦਾ ਬੱਚਾ ਇਹਦੇ ਮਗਰ ਕਿਹੜਾ ਸੀ ਬੱਚਾ ਸੀਗਾ ਕਾਲਾ ਹੀ ਉਹ ਦੂਜਾ ਦੇਖਦਾ ਹੀ ਉਹ ਕੰਮ ਦਾ ਨਹੀਂ ਸੀ ਆਪਣੇ ਠੀਕ ਹੈ ਜੀ ਹਾਂਜੀ ਤੇ ਆਹ ਦੇਖ ਲਓ ਜੀ ਜਿਹੜੀ ਝੋਟੀ ਆ ਇਹ ਵੀ ਬਹੁਤ ਚੰਗੀ ਆ ਮਾਰਕਿੰਗ ਇਹਦੇ ਵੀ ਪੈਰਾਂ ਦੇ ਉੱਪਰ ਪੂਰੀ ਹੈਗੀ ਆ ਚਾਰਾਂ ਦੇ ਉੱਤੇ ਹੁਣ ਇਹ ਜਾਣੀ ਕਿ ਆਪਦਾ ਜਿਹੜਾ ਬਾਈ ਕੋਲ ਘਰੇ ਜਿਹੜਾ ਸਾਹਣ ਆ ਬੂਰਾ ਨੀਲੀ ਰਾਵੀ ਦੇ ਵਿੱਚ ਉਹਦੇ ਤੋਂ ਕਰੋਸ ਆ ਗਾਂ ਇੱਥੇ ਰਿਜ਼ਲਟ ਵੀ ਆਪਣੇ ਕੋਲ ਆ ਜਾਣਾ ਅਤੇ ਜਦੋਂ ਰਿਜ਼ਲਟ ਆਇਆ ਸਾਹਣ ਦਾ ਉਦੋਂ ਆਪਾਂ ਬਾਈ ਤੋਂ ਫੋਟੋਆਂ ਮੰਗਵਾ ਕੇ ਆਪਦੇ ਚੈਨਲ ਦੇ ਉੱਤੇ ਪੋਸਟ ਜਿਹੜੀ ਸ਼ੇਅਰ ਕਰ ਦਿਆਂਗੇ ਅਤੇ ਬਾਈ ਇਹਦੀ ਲਾਈਨ ਬਾਰੇ ਪਤਾ ਵੀ ਕਿਹੜੀ ਲਾਈਨ ਇਹਦੀ ਲਾਈਨ ਬਾਈ ਆਪਾਂ ਇਉਂ ਨਹੀਂ ਮੈਂ ਕਹਿੰਦਾ ਵੀ ਇਹ
ਪੱਕੀ ਨੀਲੀ ਰਵੀ ਦੀ ਆ ਇਹ ਕਾਲੀ ਮੱਝ ਦੀ ਆ ਬਾਈ ਅੱਛਾ ਵੀ ਝੋਟੀ ਕਾਲੀ ਸੀ ਕਾਲੀ ਮੱਝ ਦੀ ਆ ਹਾਂ ਇਹ ਐਵੇਂ ਆਪਾਂ ਐਵੇਂ ਮੈਂ ਕਹਿ ਦਿਆਂ ਇਹ ਨੀਲੀ ਦੀ ਆ ਫਲਾਣੇ ਸਾਣ ਦੀ ਹਨਾ ਉਹ ਚ ਗੱਲ ਚ ਬਾਈ ਕੋਈ ਫਾਇਦਾ ਨਹੀਂ ਹੈਗਾ ਠੀਕ ਆ ਜੀ ਠੀਕ ਆ ਇਹ ਯਾਨੀ ਕਿ ਮੈਂ ਇਹਦੀ ਕਾਲੀ ਸੀ ਮਾਂ ਕਾਲੀ ਮਾਂ ਸੀ ਇਹਦੀ ਤੇ ਬਾਪ ਇਹਦਾ ਹੋਊਗਾ ਯਾਨੀ ਕਿ ਕੋਈ ਨੀਲੀ ਰਵੀ ਦਾ ਹਾਂ ਪਿੱਛੋਂ ਇਧਰੋਂ ਮੱਝ ਲਈ ਸੀ ਮਤਲਬ ਜਿਹੜਾ ਉਹਨੇ ਕਾਲੀ ਮੈਂ ਦੇ ਉੱਤੇ ਬੱਚਾ ਕੱਢਤਾ ਨੀਲੀ ਰਵੀ ਦਾ ਇਧਰੋਂ ਫਰੇਪਰਲੋਂ ਮੱਝ ਲਈ ਸੀਗੀ ਉਹ ਆਪਣੇ ਰਿਸ਼ਤੇਦਾਰ ਲੈ ਗਏ ਸੀ ਚਲੋ ਉਹਨਾਂ ਨੇ ਨਹੀਂ ਸਾਂਭੀ ਮੈਂ ਲਿਆ ਸੀ ਕੱਟੀ ਠੀਕ ਹੈ ਜੀ ਬਹੁਤ ਸੋਹਣੀ ਹੈ ਭਰਾ ਇਹ ਕੱਟੀ ਤੇਰੀ ਤੇ ਪ੍ਰਮਾਤਮਾ ਹੈ ਬਾਈ ਤੈਨੂੰ ਤਰੱਕੀ ਬਖਸ਼ੇ ਤੇ ਬਾਈ ਜੀ ਤੁਹਾਡਾ ਧੰਨਵਾਦ ਜੀ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ।